ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਤੁਸੀਂ ਆਵਾਜ਼ ਏਕਮ ਟੀਵੀ ਦੇ ਮਾਧਿਅਮ ਰਾਹੀਂ ਖਬਰਾਂ ਸੁਣੋ। ਗਾਂਧੀ ਪਰਿਵਾਰ ਤੋਂ SPG ਸੁਰੱਖਿਆ ਛੱਤਰੀ ਹਟਾਉਣ ਤੋਂ ਬਾਅਦ ਕੇਂਦਰ ਸਰਕਾਰ ਨੇ ਹੁਣ ਫੈਸਲਾ ਕੀਤਾ ਹੈ ਕਿ VIP ਲੋਕਾਂ ਦੀ ਸੁਰੱਖਿਆ 'ਚ ਲੱਗੇ ਕੌਮੀ ਸੁਰੱਖਿਆ ਗਾਰਡ ਨੂੰ ਵੀ ਪੂਰੀ ਤਰ੍ਹਾਂ ਨਾਲ ਹਟਾ ਲਿਆ ਜਾਵੇਗਾ। ਇਹ 3 ਦਹਾਕਿਆਂ ਬਾਅਦ ਹੋਵੇਗਾ ਜਦੋਂ NSG ਨੂੰ ਮਹੱਤਵਪੂਰਨ ਲੋਕਾਂ ਦੀ ਸੁਰੱਖਿਆ ਤੋਂ ਹਟਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਬਲੈਕ ਐਟ ਦੇ ਨਾਂ ਨਾਲ ਮਸ਼ਹੂਰ ਉਕਤ ਕਮਾਂਡੋ ਅੱਤਵਾਦੀਆਂ ਨਾਲ ਲੜਨ ਦੀ ਵਿਸ਼ੇਸ਼ ਮਹਾਰਤ ਰੱਖਦੇ ਹਨ ਅਤੇ 1984 'ਚ ਇਸ ਦਾ ਗਠਨ ਵੀ ਇਸੇ ਮਕਸਦ ਲਈ ਕੀਤਾ ਗਿਆ ਸੀ। ਅਸਾਲਟ ਹਥਿਆਰਾਂ ਨਾਲ ਲੈਸ ਇਹ ਕਮਾਂਡੋ ਜੈੱਡ ਪੁਲਿਸ ਸੂਚੀ 'ਚ ਆਉਂਦੇ 13 ਚੋਟੀ ਦੇ VIP ਲੋਕਾਂ ਨੂੰ ਸੁਰੱਖਿਆ ਛੱਤਰੀ ਮੁਹੱਈਆ ਕਰਵਾਉਂਦੇ ਹਨ ਅਤੇ ਹਰੇਕ VIP ਦੇ ਸੁਰੱਖਿਆ ਘੇਰੇ 'ਚ 2 ਦਰਜਨ ਜਮਾਤ ਸ਼ਾਮਲ ਹੁੰਦੇ ਹਨ। ਸੁਰੱਖਿਆ ਸੰਸਥਾਵਾਂ ਦੇ ਅਧਿਕਾਰੀਆਂ ਨੇ ਦੱਸਿਆ ਕਿ NSG ਦੀਆਂ ਸੁਰੱਖਿਆ ਡਿਊਟੀਆਂ 'ਚ ਸ਼ਾਮਲ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਆਦਿ ਵਰਗੇ ਮਹੱਤਵਪੂਰਨ ਵਿਅਕਤੀਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੁਣ ਅੱਧ ਸੈਨਿਕ ਬਲਾਂ ਨੂੰ ਸੌਂਪ ਦਿੱਤੀ ਜਾਵੇਗੀ। ਨੈਸ਼ਨਲ ਕ੍ਰਾਈਮ ਰਿਕਾਰਡ ਅਨੁਸਾਰ 2018 ਵਿੱਚ ਭਾਰਤ 'ਚ ਹਰ ਦਿਨ 109 ਬੱਚਿਆਂ ਦੇ ਨਾਲ ਜਿਨਸੀ ਸ਼ੋਸ਼ਣ ਕੀਤਾ ਗਿਆ। ਪਿਛਲੇ ਸਾਲ ਤੋਂ ਇਸ ਤਰ੍ਹਾਂ ਦੇ ਮਾਮਲਿਆਂ 'ਚ 22% ਵਾਧਾ ਦਰਜ ਕੀਤਾ ਗਿਆ। NCRB ਵੱਲੋਂ ਤਾਜ਼ੀ ਅੰਕੜੇ ਅਨੁਸਾਰ 2017 'ਚ 32,608 ਮਾਮਲੇ ਦਰਜ ਹੋਏ ਅਤੇ 2018 'ਚ ਬੱਚਿਆਂ ਦੇ ਬਚਾਅ ਲਈ ਬਣੇ ਕਾਨੂੰਨ ਪੈਸਕੋ ਤਹਿਤ 39,827 ਮਾਮਲੇ ਦਰਜ ਕੀਤੇ ਗਏ। ਪੋਸਕੋ ਕਾਨੂੰਨ 2012 ਬੱਚਿਆਂ ਨੂੰ ਜਿਨਸੀ ਪੋਸ਼ਣ ਅਤੇ ਅਸ਼ਲੀਲਤਾ ਅਪਰਾਧਾਂ ਤੋਂ ਬਚਾਉਣ ਲਈ ਬਣਾਇਆ ਇੱਕ ਵਿਆਪਕ ਕਾਨੂੰਨ ਹੈ। ਇਸ ਪੀੜਤ ਬੱਚਿਆਂ ਨੂੰ ਵਿਸ਼ੇਸ਼ ਇਲਾਜ, ਵਿਸ਼ੇਸ਼ ਅਦਾਲਤ ਸਥਾਪਿਤ ਕਰਨ, ਵਿਸ਼ੇਸ਼ ਵਕੀਲ ਅਤੇ ਪੀੜਤ ਦੀ ਮਦਦ ਕਰਨ ਸ਼ਾਮਲ ਹੈ। ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦੇ ਪਿਤਾ ਸਰਦਾਰ ਮਹਾਂ ਸਿੰਘ ਸ਼ੁਕਰ ਚੱਕੀਆ ਦੀ ਸਮਾਧ ਨੂੰ ਪਾਕਿਸਤਾਨ ਦੇ ਜ਼ਿਲ੍ਹਾ ਗੁਜਰਾਂਵਾਲ ਦੇ ਪ੍ਰਸ਼ਾਸਨ ਨੇ ਕਬਜ਼ਾ ਮੁਕਤ ਕਰਵਾ ਲਿਆ ਹੈ ਅਤੇ ਇਸ ਦੀ ਨਵਸਾਰੀ ਪੁਰਾਤਨ ਵਿਭਾਗ ਦੇ ਮਾਹਰਾਂ ਪਾਸੋਂ ਬਹੁਤ ਜਲਦੀ ਸ਼ੁਰੂ ਕਰਵਾਈ ਜਾਵੇਗੀ। ਗੁਜਰਾਂਵਾਲੇ ਦੀ GT ਰੋਡ 'ਤੇ ਮੌਜੂਦ ਸ਼ੇਰਾਂ ਵਾਲੇ ਬਾਗ ਵਿਖੇ ਸਰਦਾਰ ਮਹਾਂ ਸਿੰਘ ਦੀ ਸਮਾਧ ਦੇ ਆਸ ਪਾਸ ਦੇ ਕਮਰੇ 'ਚ ਮੌਜੂਦਾ ਸਮੇਂ ਲੜਕੀਆਂ ਦਾ ਇੱਕ ਸਕੂਲ ਸੇਵਾਵਾਂ ਚੱਲ ਰਿਹਾ ਹੈ, ਜਦਕਿ ਸਮਾਧ ਦੇ ਗੁੰਬਦ ਸਮੇਤ ਹੇਠਲੇ ਕਮਰਿਆਂ ਅਤੇ ਹੋਰਨਾਂ ਸਮਾਰਕਾਂ 'ਤੇ ਨਜਾਇਜ਼ ਕਬਜ਼ੇ ਕਾਇਮ ਸਨ। ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਵੱਲੋਂ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਪਾਰਟੀ ਵਿੱਚੋਂ ਮੁਅੱਤਲ ਕੀਤੇ ਜਾਣ ਦੇ ਸੰਬੰਧ ਵਿੱਚ ਪਰਮਿੰਦਰ ਸਿੰਘ ਢੀਂਡਸਾ ਨੇ ਮੰਨਿਆ ਕਿ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਜਿਸ ਦਿਨ ਲੌਂਗੋਵਾਲ ਵਿਖੇ ਆ ਕੇ ਪਾਰਟੀ ਹਾਈਕਮਾਨ ਨੇ ਇੱਥੋਂ ਦੀ ਅਕਾਲੀ ਲੀਡਰਸ਼ਿਪ ਤੋਂ ਸਾਨੂੰ ਬਾਹਰ ਕੱਢਣ ਲਈ ਮਤਾ ਪਵਾਇਆ ਸੀ। ਉਸ ਤੋਂ ਸਾਫ਼ ਜ਼ਾਹਿਰ ਸੀ ਕਿ ਇਹ ਸਾਨੂੰ ਪਾਰਟੀ 'ਚੋਂ ਬਾਹਰ ਕੱਢਣ ਦੀ ਤਿਆਰੀ ਕਰ ਰਹੇ ਨੇ, ਪਰ ਸਾਨੂੰ ਸਿੱਧਾ ਬਾਹਰ ਨਹੀਂ ਕੱਢ ਸਕਦੇ ਸੀ ਕਿਉਂਕਿ ਅਸੀਂ ਮੁੱਦਾ ਚੁੱਕਿਆ ਸੀ ਕਿ ਪਾਰਟੀ 'ਚ ਕੋਈ ਸੁਣਵਾਈ ਨਹੀਂ, ਜਿਸ ਕਾਰਨ ਹੁਣ ਇਹ ਮਤਾ ਕੋਰ ਕਮੇਟੀ ਦੇ ਪਾਸ ਕਰਵਾ ਕੇ ਸਾਨੂੰ 2 ਹਫ਼ਤੇ ਦਾ ਨੋਟਿਸ ਕੱਢਿਆ। ਨੋਟਿਸ ਮਿਲਣ ਪਿੱਛੋਂ ਅਸੀਂ ਇਸ ਦਾ ਜਵਾਬ ਦੇਵਾਂਗੇ। ਪਰਮਿੰਦਰ ਨੇ ਕਿਹਾ ਹੈ ਕਿ ਸਾਨੂੰ ਇਸ ਦੀ ਗੱਲ ਦੀ ਕੋਈ ਚਿੰਤਾ ਨਹੀਂ ਕਿ ਲੋਕ ਅਤੇ ਵਰਕਰ ਸਾਡੇ ਨਾਲ ਨੇ। ਉਹਨਾਂ ਕਿਹਾ ਕਿ ਆਉਣ ਵਾਲਾ ਸਮਾਂ ਦੱਸੇਗਾ ਕਿ ਅਕਾਲੀ ਦਲ ਦੇ ਵਰਕਰ ਹੀ ਬੜੇ ਦੁਖੀ ਨੇ, ਕਈ ਤਾਂ ਪਾਰਟੀ ਵਿੱਚ ਘੁੱਟ ਮਹਿਸੂਸ ਕਰ ਰਹੇ ਹਨ। ਸਾਡੇ ਫੈਸਲੇ ਤੋਂ ਬਾਅਦ ਉਹਨਾਂ ਲਈ ਆਸ ਦੀ ਕਿਰਨ ਜਾਗੀ ਹੈ। ਉਹਨਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਵਰਕਰ ਅਕਾਲੀ ਦਲ ਨੂੰ ਛੱਡ ਕੇ ਸਾਡੇ ਨਾਲ ਜੁੜਨਗੇ। ਪਰਮਿੰਦਰ ਨੇ ਕਿਹਾ ਕਿ ਪਾਰਟੀ ਵਿੱਚ ਚਾਪਲੂਸ ਲੋਕ ਭਾਰੂ ਹੋ ਚੁੱਕੇ ਨੇ ਜੋ ਸੱਤਾ ਦੇ ਲਾਲਚ ਲਈ ਚਾਪਲੂਸੀ ਕਰ ਰਹੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਗਰਿਕਤਾ ਸੋਧ ਕਾਨੂੰਨ ਦਾ ਮਜ਼ਬੂਤੀ ਨਾਲ ਬਚਾਅ ਕਰਦੇ ਹੋਏ ਕਿਹਾ ਕਿ ਇਸ ਵਾਰ ਪੈਦਾ ਹੋਏ ਵਿਵਾਦ ਨੇ ਦੁਨੀਆ ਨੂੰ ਪਾਕਿਸਤਾਨ 'ਚ ਧਾਰਮਿਕ ਆਧਾਰ 'ਤੇ ਘੱਟ ਗਿਣਤੀਆਂ 'ਤੇ ਹੁੰਦੇ ਜ਼ੁਲਮਾਂ ਬਾਰੇ ਜਾਣੂ ਕਰਵਾ ਦਿੱਤਾ ਹੈ। ਹਾਲਾਂਕਿ ਉਹਨਾਂ ਨੇ ਇਸ 'ਤੇ ਨਿਰਾਸ਼ਾ ਜ਼ਾਹਰ ਕੀਤੀ ਕਿ ਨਾਗਰਿਕ ਸੋਧ ਕਾਨੂੰਨ ਬਾਰੇ ਨੌਜਵਾਨਾਂ ਦੇ ਇੱਕ ਵਰਗ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਜਿਸ ਦਾ ਮਕਸਦ ਨਾਗਰਿਕਤਾ ਲੈਣ ਲਈ ਨਹੀਂ ਸਗੋਂ ਨਾਗਰਿਕਤਾ ਦੇਣਾ ਹੈ।
ਪ੍ਰਧਾਨ ਮੰਤਰੀ ਨੇ ਹਾਵੜਾ ਜ਼ਿਲ੍ਹੇ ਦੇ ਬੈਲੂਰ ਮੱਠ ਵਿੱਚ ਇੱਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਸੀਏ ਦੇ ਕਿਸੇ ਵੀ ਨਾਗਰਿਕਤਾ ਖੋਣ ਬਾਰੇ ਕੋਈ ਇਹੋ ਜਿਹਾ ਕਾਨੂੰਨ ਨਹੀਂ ਹੈ। ਬੀਤੇ ਦਿਨੀ ਦੱਖਣੀ ਕਸ਼ਮੀਰ 'ਚ ਹਵਾਈ ਅੱਡੇ ਦੀ ਐਂਟੀ ਹਾਈਜੈਕਿੰਗ ਟੀਮ ਨੇ ਇੱਕ ਕਾਰ ਵਿੱਚ ਸਵਾਰ ਹਿਜਬੁਲ ਮੁਜਾਹਦੀਨ ਅਤੇ ਲਸ਼ਕਰੇ ਤੋਇਬਾ ਦੇ ਆਤੰਕਵਾਦੀਆਂ ਨੂੰ ਜੰਮੂ ਕਸ਼ਮੀਰ ਪੁਲਿਸ ਦੇ DSP ਸਮੇਤ ਗ੍ਰਿਫਤਾਰ ਕੀਤਾ ਸੀ। ਇਸ ਸੰਬੰਧੀ ਐਤਵਾਰ ਨੂੰ ਸੂਬੇ ਦੇ ਇੰਸਪੈਕਟਰ ਜਨਰਲ ਨੇ ਕਾਨਫਰੰਸ ਦੌਰਾਨ ਦੱਸਿਆ ਕਿ ਇਹ ਸ਼ੱਕ ਘਨਾਉਣਾ ਅਪਰਾਧ ਹੈ। ਇੱਕ ਦਵਿੰਦਰ ਸਿੰਘ ਨਾਲ ਅੱਤਵਾਦੀਆਂ ਦੇ ਬਰਾਬਰ ਵਾਰ ਕੀਤਾ ਜਾ ਰਿਹਾ ਅਤੇ ਉਸ ਕੋਲੋਂ ਸਾਰੀਆਂ ਸੁਰੱਖਿਆ ਏਜੰਸੀਆਂ ਦੀ ਪੁੱਛਗਿੱਛ ਕਰ ਰਹੀਆਂ ਨੇ। IG ਵਿਜੇ ਕੁਮਾਰ ਨੇ ਹਵਾਈ ਅੱਡੇ 'ਤੇ ਇਸ ਅਫਸਰ ਦੀ ਤਾਇਨਾਤੀ ਸੰਬੰਧੀ ਇੱਕ ਸਵਾਲ ਦੇ ਜਵਾਬ 'ਚ ਕਿਹਾ ਕਿ ਅਸੀਂ ਉਸ ਨੂੰ ਡਿਊਟੀ ਕਰਨ ਤੋਂ ਨਹੀਂ ਰੋਕ ਸਕਦੇ ਸੀ ਕਿਉਂਕਿ ਪੁਲਿਸ ਨੂੰ ਕੱਲ੍ਹ ਤੱਕ ਇਸ ਅਧਿਕਾਰੀ ਦੀ ਸ਼ਮੂਲੀਅਤ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਹਨਾਂ ਕਿਹਾ ਹੈ ਕਿ ਗ੍ਰਿਫਤਾਰ ਕੀਤੇ ਗਏ ਪੁਲਿਸ ਅਧਿਕਾਰੀ ਦੇ ਸੰਸਦ ਹਮਲੇ ਦੇ ਕੇਸ ਸ਼ਾਮਲ ਹੋਣ ਸੰਬੰਧੀ ਜੋ ਮੀਡੀਆ ਦੱਸਿਆ ਜਾ ਰਿਹਾ ਹੈ, ਸਾਡੇ ਕੋਲ ਇਸ ਤਰ੍ਹਾਂ ਦਾ ਕੋਈ ਵੀ ਰਿਕਾਰਡ ਨਹੀਂ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਇੱਥੇ ਕਿਹਾ ਕਿ ਉਹ ਅਕਾਲੀ ਦਲ ਨੂੰ ਬਚਾਉਣ ਅਤੇ ਪਾਰਟੀਆਂ ਦੀਆਂ ਰੋਹ ਰੀਤਾਂ ਅਨੁਸਾਰ ਅਕਾਲੀ ਦਲ ਨੂੰ ਚਲਾਏ ਜਾਣ ਦੀ ਮੰਗ ਕਰ ਰਹੇ ਹਨ ਤਾਂ ਜੋ ਪੰਜਾਬ ਦੇ ਲੋਕਾਂ ਵਿੱਚੋਂ ਅਕਾਲੀ ਦਲ ਦੀ ਖਤਮ ਹੋਈ ਸ਼ਾਖ ਨੂੰ ਦੁਬਾਰਾ ਬਹਾਲ ਕਰਵਾ ਕੇ ਪਾਰਟੀ ਨੂੰ ਬਚਾਇਆ ਜਾ ਸਕੇ। ਪਰ ਸੁਖਬੀਰ ਦੇ ਕੁਝ ਚਾਪਲੂਸ ਅਕਾਲੀ ਦਲ ਦੀ ਥਾਂ ਕੇਵਲ ਸੁਖਬੀਰ ਨੂੰ ਬਚਾਉਣ ਵਿੱਚ ਲੱਗੇ ਹੋਏ ਨੇ। ਉਹਨਾਂ ਕਿਹਾ ਹੈ ਕਿ ਕੱਲ੍ਹ ਦੀ ਕੋਰ ਕਮੇਟੀ ਵਿੱਚ ਮੇਰੇ ਅਤੇ ਮੇਰੇ ਪੁੱਤਰ ਵਿਰੁੱਧ ਕੀਤੀ ਗਈ ਕਾਰਵਾਈ ਸੁਖਬੀਰ ਦੇ ਤਾਨਾਸ਼ਾਹੀ ਵਾਲੀ ਕਾਰਸ਼ੈਲੀ ਦਾ ਹੀ ਨਤੀਜਾ ਹੈ, ਜਦੋਂ ਕਿ ਇਹ ਵੀ ਹੁਣ ਸਭ ਨੂੰ ਪਤਾ ਲੱਗ ਗਿਆ ਕਿ ਪਾਰਟੀ ਦੇ ਕਈ ਸੀਨੀਅਰ ਆਗੂਆਂ ਨੇ ਮੀਟਿੰਗ ਵਿੱਚ ਇਸ ਫੈਸਲੇ ਦਾ ਵਿਰੋਧ ਵੀ ਕੀਤਾ ਸੀ। ਢੀਂਡਸਾ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਹੁਕਮਨਾਮਿਆਂ 'ਤੇ ਵੀ ਕੇਵਲ ਸੁਖਬੀਰ ਦੇ TV ਚੈਨਲ ਦਾ ਇੱਕ ਅਧਿਕਾਰ ਐਲਾਨ ਕਰਨਾ ਇੱਕ ਵੱਡੀ ਇਤਰਾਜਯੋਗ ਅਤੇ ਸ਼ਰਮਨਾਕ ਕਾਰਵਾਈ ਹੈ। ਉਹਨਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਸਮੁੱਚੀ ਮਾਨਵਤਾ ਲਈ ਰੂਹਾਨੀ ਸਿਹਤ ਦਾ ਕੇਂਦਰ ਹੈ ਅਤੇ ਉਸਦੇ ਦਰਵਾਜ਼ੇ ਸਮੁੱਚੀ ਮਾਨਵਤਾ ਲਈ ਖੁੱਲ੍ਹੇ ਨੇ। ਸ੍ਰੀ ਹਰਿਮੰਦਰ ਸਾਹਿਬ ਤੋਂ ਹੁਕਮਨਾਮੇ ਦੇ ਪ੍ਰਸਾਰਣ 'ਤੇ PTC ਚੈਨਲ ਵੱਲੋਂ ਹੱਕ ਜਿਤਾਏ ਜਾਣ ਦੇ ਮਾਮਲੇ ਦਾ ਨੋਟਿਸ ਲੈਂਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਸੰਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ PTC ਨੂੰ ਇਸ ਸੰਬੰਧੀ ਸਥਿਤੀ ਸਪਸ਼ਟ ਕਰਨ ਦੀ ਹਦਾਇਤ ਕੀਤੀ ਗਈ ਹੈ। ਜਥੇਦਾਰ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਢੱਡੇ ਨੇ ਦੱਸਿਆ ਕਿ ਸੰਬੰਧ ਵਿੱਚ ਅਕਾਲ ਤਖਤ ਸਾਹਿਬ ਵਿਖੇ ਬਹੁਤ ਸੰਗਤ ਵੱਲੋਂ ਫੋਨ 'ਤੇ ਸੁਨੇਹੇ ਆ ਰਹੇ ਨੇ, ਜਿਸ ਨੂੰ ਦੇਖਦਿਆਂ ਜਥੇਦਾਰ ਵੱਲੋਂ ਇਸ ਮਾਮਲੇ ਵਾਲੇ ਰਿਪੋਰਟ ਜਲਦ ਭੇਜਣ ਦੀ ਹਦਾਇਤ ਦਿੱਤੀ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਸਾਲ 2018-19 ਦੌਰਾਨ ਖੇਤੀਬਾੜੀ ਮੀਡੀਆ ਯੋਜਨਾ ਦੌਰਾਨ ਰਾਜ ਦੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਵੱਖ ਵੱਖ ਤਰ੍ਹਾਂ ਦੇ ਕੀਤੇ ਪ੍ਰਚਾਰਾਂ ਸਾਧਨਾਂ ਰਾਹੀਂ 11 ਕਰੋੜ ਰੁਪਏ ਤੋਂ ਵੱਧ ਦਾ ਖਰਚਾ ਕਰਕੇ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਪ੍ਰਚਾਰ ਦੇ ਨਾਲ ਸਭ ਤੋਂ ਵੱਧ 3,62,00,000 ਰੁਪਏ ਜਾਗਰੂਕਤਾ ਕੈਂਪਾਂ ਅਤੇ ਖੇਤੀਬਾੜੀ ਮੇਲਿਆਂ 'ਚ ਖਰਚ ਕੀਤੇ ਗਏ ਨੇ। ਕੇਂਦਰ ਅਤੇ ਪੰਜਾਬ ਸਰਕਾਰਾਂ ਕਿਸਾਨਾਂ ਨੂੰ ਖੇਤੀ ਤੋਂ ਲਾਂਭੇ ਕਰਨ ਲਈ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਖੇਤੀ ਨੂੰ ਕਰਨਾ ਚਾਹੁੰਦੀਆਂ ਨੇ, ਜਿਸ ਤਹਿਤ ਦੋਵੇਂ ਸਰਕਾਰਾਂ ਹੁਣ ਮੰਡੀ ਬੋਰਡ ਨੂੰ ਵੀ ਖਤਮ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਨੇ। ਕਿਸਾਨਾਂ ਦੀਆਂ ਫਸਲਾਂ ਦੀ ਸਿੱਧੀ ਅਦਾਇਗੀ ਉਹਨਾਂ ਦੇ ਖਾਤਿਆਂ ਵਿੱਚ ਪਾਉਣ ਦੇ ਮਨਸੂਬੇ ਘੜ ਰਹੀਆਂ ਨੇ, ਜੋ ਕਿ ਕਿਸਾਨ ਅਤੇ ਆੜ੍ਹਤੀਏ ਬਰਦਾਸ਼ਤ ਨਹੀਂ ਕਰਨਗੇ। ਇਸ ਸੰਬੰਧੀ ਕੇਸ ਹਾਈਕੋਰਟ ਚੱਲ ਰਿਹਾ ਹੈ, ਪਰ ਜੇਕਰ ਸਰਕਾਰਾਂ ਆਪਣੇ ਮਨਸੂਬੇ ਤੋਂ ਪਾਸੇ ਨਾ ਹਟੀਆਂ ਤਾਂ ਕਿਸਾਨ ਅਤੇ ਆੜ੍ਹਤੀਏ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਇਹ ਪ੍ਰਗਟਾਵਾ ਰਵਿੰਦਰ ਸਿੰਘ ਚੀਮਾ, ਪ੍ਰਧਾਨ ਆੜ੍ਹਤੀਏ ਐਸੋਸੀਏਸ਼ਨ ਪੰਜਾਬ ਨੇ ਉਚੇਚੇ ਤੌਰ 'ਤੇ ਪੱਟੀ ਦੀ ਦਾਣਾ ਮੰਡੀ ਵਿਖੇ ਪੁੱਜ ਕੇ ਜ਼ਿਲ੍ਹਾ ਤਰਨ ਤਾਰਨ ਦੇ ਆੜ੍ਹਤੀਆਂ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਕੀਤਾ। ਚੀਮਾ ਨੇ ਕਿਹਾ ਹੈ ਕਿ ਹਰਿਆਣਾ, ਪੰਜਾਬ ਅਤੇ ਰਾਜਸਥਾਨ ਦੇ ਕੁਝ ਜ਼ਿਲ੍ਹਿਆਂ 'ਚੋਂ ਹੀ ਮੰਡੀਕਰਨ ਹੋ ਰਿਹਾ ਹੈ, ਜਿਸ ਨਾਲ ਕਿਸਾਨ ਆਪਣੀ ਫਸਲ ਮੰਡੀ 'ਚ ਵੇਚ ਕੇ ਅਗਾਉਂ ਪੈਸੇ ਹੀ ਆੜ੍ਹਤੀਆਂ ਪਾਸੋਂ ਲੈ ਲੈਂਦੇ ਨੇ।
ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਐਥਲੀਟ ਜੈਸਮਿਨ ਕੌਰ ਨੇ ਇੱਥੇ ਹੋ ਰਹੀਆਂ ਖੇਡਾਂ ਜੋ ਕਿ ਗੁਹਾਟੀ ਵਿਖੇ 17 ਵਰਗ ਦੇ ਵਿੱਚ ਗੋਲਾ ਸੁੱਟਣ 'ਚ 14.85 ਮੀਟਰ ਥਰੋ ਕਰਕੇ ਪਹਿਲੇ ਸਥਾਨ 'ਤੇ ਕਬਜ਼ਾ ਕਰਦਿਆਂ ਸੂਬੇ ਨੂੰ ਪਹਿਲਾ ਸੋਨ ਤਮਗਾ ਦਵਾਇਆ। ਪੰਜਾਬ ਦੇ ਐਥਲੀਟਾਂ ਨੇ ਅੱਜ 4 ਤਗਮੇ ਜਿੱਤੇ ਜਿਨ੍ਹਾਂ 'ਚ 1 ਸੋਨ ਅਤੇ 3 ਕਾਂਸੀ ਦੇ ਤਗਮੇ ਸ਼ਾਮਲ ਹਨ। ਕੁੰਵਰ ਅਜੇ ਰਾਜ ਸਿੰਘ ਨੇ ਯੂਥ ਵਰਗ ਦੇ ਜੈਵਨ ਥਰੋ ਮੁਕਾਬਲੇ 'ਚ 67.87 ਮੀਟਰ ਥਰੋ ਕਰਕੇ ਕਾਂਸੀ ਤਗਮਾ ਹਾਸਲ ਕੀਤਾ, ਜਦਕਿ ਪਟਿਆਲਾ ਦੀ ਪਰਮਜੋਤ ਕੌਰ ਨੇ ਡਿਸਕਸ ਸੁੱਟਣ ਮੁਕਾਬਲੇ 'ਚ 44.41 ਮੀਟਰ ਥਰੋ ਕਰਕੇ ਕਾਂਸੀ ਦਾ ਤਗਮਾ ਜਿੱਤਿਆ। ਇਸੇ ਤਰ੍ਹਾਂ ਇੱਕ ਹੋਰ ਪੰਜਾਬੀ ਦੌੜਾਕ ਲਵਪ੍ਰੀਤ ਸਿੰਘ ਨੇ 100 ਮੀਟਰ ਦੌੜ ਦਾ ਕਾਂਸੀ ਦਾ ਤਗਮਾ ਜਿੱਤਿਆ ਹੈ। ਇਹਨਾਂ ਖੇਡਾਂ 'ਚ ਮਹਾਰਾਸ਼ਟਰ 10 ਸੋਨ, 10 ਚਾਂਦੀ ਅਤੇ 13 ਕਾਂਸੀ ਦੇ ਤਗਮੇ ਨਾਲ ਪਹਿਲੇ, ਜਦਕਿ ਪੰਜਾਬ 1 ਸੋਨ, 3 ਚਾਂਦੀ ਅਤੇ 4 ਕਾਂਸੀ ਤਗਮੇ ਨਾਲ 15ਵੇਂ ਸਥਾਨ 'ਤੇ ਹੈ। ਇਸ ਤੋਂ ਇਲਾਵਾ ਕੇਰਲ ਦੀ ਅਥਲੀਟ ਐਨਸੀ ਸੋਜਨ ਇੱਥੇ ਟਰੈਕ 'ਤੇ ਫੀਲਡ ਪ੍ਰਤੀਯੋਗਤਾਵਾਂ ਦੇ ਅੰਡਰ 21 ਵਰਗ 'ਚ 2 ਸੋਨ ਤਗਮੇ ਜਿੱਤ ਕੇ ਇੰਡੀਆ ਯੁਵਾ ਖੇਡਾਂ ਦੇ 3ਜੇ ਦਿਨ ਅੱਜ ਸੁਰਖੀਆਂ 'ਚ ਰਹੀ। ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਪਾਲੀ ਅਮਰੀਗਰ ਪੁਰਸਕਾਰ ਦੇ ਸਰਵੋਤਮ ਕ੍ਰਿਕਟਰ ਨਾਲ ਸਨਮਾਨਿਤ ਕੀਤਾ ਗਿਆ। ਬੁਮਰਾਹ ਨੂੰ ਇਹ ਪੁਰਸਕਾਰ ਮੁੰਬਈ 'ਚ ਹੋਏ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸਾਲਾਨਾ ਪੁਰਸਕਾਰ ਸਮਾਗਮ ਦੌਰਾਨ ਦਿੱਤਾ ਗਿਆ, ਜਦੋਂ ਕਿ ਮਹਿਲਾ ਵਰਗ 'ਚ ਉਕਤ ਪੁਰਸਕਾਰ ਪੂਨਮ ਯਾਦਵ ਨੂੰ ਦਿੱਤਾ ਗਿਆ। ਵਿਸ਼ਵ ਦੇ ਨੰਬਰ 1 ਦਿਨਾਂ ਗੇਂਦਬਾਜ਼ ਬੁਮਰਾਹ ਨੇ ਪਿਛਲੇ ਸਾਲ ਜਨਵਰੀ 'ਚ ਦੱਖਣੀ ਅਫਰੀਕਾ ਖਿਲਾਫ਼ ਟੈਸਟ ਕ੍ਰਿਕਟ 'ਚ ਸ਼ੁਰੂਆਤ ਕੀਤੀ ਸੀ। ਉਸ ਤੋਂ ਬਾਅਦ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਉਹਨਾਂ ਨੇ ਦੱਖਣੀ ਅਫਰੀਕਾ, ਇੰਗਲੈਂਡ, ਆਸਟ੍ਰੇਲੀਆ ਅਤੇ ਵੈਸਟ ਇੰਡੀਜ਼ 'ਚ ਇੱਕ ਪਾਰੀ 'ਚ 5 ਜਾਂ ਉਸ ਤੋਂ ਵੱਧ ਵਿਕਟਾਂ ਲੈ ਕੇ ਇਤਿਹਾਸ ਰਚਦਿਆਂ ਅਜਿਹਾ ਕਰਨ ਵਾਲੇ ਪਹਿਲੇ ਏਸ਼ੀਆਈ ਗੇਂਦਬਾਜ਼ ਬਣਨ ਦਾ ਮਾਣ ਹਾਸਲ ਕੀਤਾ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਨਿਊਜ਼ੀਲੈਂਡ ਦੌਰੇ ਦੌਰਾਨ 5 T20 ਕੌਮਾਂਤਰੀ ਮੈਚਾਂ ਦੀ ਲੜੀ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਦੌਰੇ 'ਤੇ ਭਾਰਤ ਨੇ 3 ਇੱਕ ਦਿਨਾਂ ਅਤੇ 2 ਟੈਸਟ ਮੈਚ ਵੀ ਖੇਡਣੇ ਨੇ। ਕੈਨੇਡਾ ਦੇ ਵੈਨਕੂਵਰ ਆਈਲੈਂਡ ਦੇ ਸ਼ਹਿਰ ਕੈਂਪਬੈਲ ਰਿਵਰ ਦੀ ਪੁਲਿਸ ਨੇ 10 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ। ਇਹਨਾਂ ਕੋਲੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਨੇ, ਜਿਨ੍ਹਾਂ ਵਿੱਚ ਹੈਰਨ, ਕੋਕੀਨ, ਮਾਰਵਿਨ ਅਤੇ ਫੈਂਟਨਿਲ ਸ਼ਾਮਲ ਨੇ। ਆਸਟ੍ਰੇਲੀਆ ਵਿੱਚ ਜੰਗਲ ਦੀ ਅੱਗ ਨੇ ਜਿੱਥੇ ਤਬਾਹੀ ਲਿਆਂਦੀ, ਉੱਥੇ ਦੂਸਰੇ ਪਾਸੇ ਦਾਨ ਪੁੰਨ ਕਰਨ ਵਾਲਿਆਂ ਵੱਲੋਂ ਵੀ ਦਿਲ ਖੋਲ੍ਹ ਕੇ ਕਾਰਜ ਕੀਤੇ ਜਾ ਰਹੇ ਨੇ। ਪੰਜਾਬੀਆਂ ਨੇ ਵੱਖ ਵੱਖ ਪ੍ਰਭਾਵਿਤ ਇਲਾਕਿਆਂ ਵਿੱਚ ਖੁਦ ਜਾ ਕੇ ਜਿੱਥੇ ਭੋਜਨ ਅਤੇ ਜ਼ਰੂਰੀ ਵਸਤਾਂ ਦਿੱਤੀਆਂ, ਉੱਥੇ ਹਫ਼ਤਿਆਂ ਤੋਂ ਆਪ ਸੇਵਾ ਵੀ ਕਰ ਰਹੇ ਨੇ। ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਤੋਂ ਇੱਕ ਸਿੱਖ ਕਮਿਊਨਿਟੀ ਕੈਨਬਰਾ ਵੱਲੋਂ ਸਾਊਥ ਕੋਸਟ ਵਿੱਚ ਲੱਗੀ ਅੱਗ ਤੋਂ ਪ੍ਰਭਾਵਿਤ ਲੋਕਾਂ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ ਪਰਮਦੀਪ ਨਰੈਣ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਾਊਥ ਕੋਸਟ ਦੇ ਕੋਬਾਰੋ, ਨਾਰੂ ਅਤੇ ਹੋਰ ਇਲਾਕਿਆਂ ਵਿੱਚ ਅੱਗ ਨੇ ਸਭ ਕੁਝ ਤਬਾਹ ਕਰ ਦਿੱਤਾ ਹੈ। ਸਭ ਤੋਂ ਵੱਧ ਇੱਥੇ ਬੱਚੇ ਜਾਨਵਰਾਂ ਅਤੇ ਪਸ਼ੂਆਂ ਦੇ ਚਾਰੇ ਦੀ ਮੁਸ਼ਕਿਲ ਆ ਰਹੀ ਹੈ। ਲੋਕ ਗੁਬਾਰੇ ਦੇ ਸ਼ੋਅ ਗਰਾਊਂਡ ਵਿੱਚ ਰਹਿ ਰਹੇ ਨੇ ਅਤੇ ਉਹਨਾਂ ਨੇ ਭੋਜਨ ਦੇ ਨਾਲ ਨਾਲ ਟਾਰਚ, ਡੀਜ਼ਲ ਜਨਰੇਟਰ, ਗੈਸੀ ਚੁੱਲ੍ਹੇ ਅਤੇ ਹੋਰ ਨਿੱਜੀ ਵਰਤੋਂ ਵਾਲੀਆਂ ਵਸਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ। ਇਸ ਦੇ ਨਾਲ ਹੀ ਖ਼ਬਰਾਂ ਖਤਮ ਹੋਈਆਂ। ਅੱਗੇ ਦਿਓ